ਵਾਰੀ ਜਾਵਾਂ ਮੈਂ ਬਲਿਹਾਰੀ ਜਾਵਾਂ ਮੈਂ ਵਾਰੀ ਵਾਰੀ ਜਾਵਾਂ ਮੈਂ ਬਲਿਹਾਰੀ ਜਾਵਾਂ ਮੈਂ ਮੇਰੇ ਗੁਰੂ ਜੀ ਘਰ ਆਏ ਨੇ ਜਿੰਦ ਵਾਰੀ ਜਾਵਾਂ ਮੈਂ ਮੇਰੇ ਸਤਿਗੁਰੂ ਜੀ ਘਰ ਆਏ ਨੇ ਜਿੰਦ ਵਾਰੀ ਜਾਵਾਂ ਮੈਂ ਸਮਾਏ ਜਿੰਦਵਾਰੀ ਜਾਵਾਂ ਮੇਰੇ ਗੁਰੂ ਜੀ ਘਰ ਆਏ ਨੇ ਜਿੰਦਵਾਰੀ ਜਾਵਾਂ ਮੇਰੇ ਸਤਿਗੁਰੂ ਜੀ ਘਰ ਆਏ ਨੇ ਜਿੰਦਵਾਰੀ ਜਾਵਾਂ ਸੁਖ ਚੈਨ ਘਰ ਮੇ ਸਮਾਏ ਜਿੰਦਵਾਰੀ ਜਾਵਾਂ ਮੇਰੇ ਗੁਰੂ ਜੀ ਘਰ ਆਏ ਨੇ ਜਿੰਦਵਾਰੀ ਜਾਵਾਂ। ਕਿਰਪਾ ਕਰੋ ਦੀਨ ਕੇ ਦਾ
ਸਤਿਗੁਰ ਸੇਵ ਸੁਖ ਹੋਈ, ਸਤਿਗੁਰ ਸੇਵ ਸੁਖ ਹੋਈ। ਜੋ ਇੱਛੋ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੈ ਕੋਈ। ਜੋ
किछ नहीं जो किछ है सो तेरा, जो किछ है सो तेरा, मेरा मुझ में किछ नहीं, मेरा मुझ में किछ नहीं। मेरा मुझ में किछ नहीं, मेरा मुझ में किछ नहीं। जो किछ है सो तेरा मेरा मुझ में किछ नहीं, मेरा मुझ में किछ नहीं। तेरा तुझको सौंपते क्या लागे मेरा, क्या लागे मेरा। तेरा तुझको सौंपते क्या लागे क्या लागे मेरा, मेरा
ਨੇ ਕਿਛ ਨਹੀਂ ਮੇਰਾ ਮੁਝ ਮੇ ਕਿਛ ਨਹੀਂ ਮੁਝ ਮੇ ਕਿਛ ਨਹੀਂ ਮੇਰਾ ਮੁਝ ਮੇ ਕਿਛ ਨਹੀਂ ਮੈਂ ਨਾਈ ਪ੍ਰਭ ਸਭ ਕਿਛ ਤੇਰਾ ਕਰਤ ਵਿੱਚ ਸਵਾਮੀ ਮੇਰਾ ਕੇਲ ਕਰਤ ਵਿੱਚ ਸਵਾਮੀ ਮੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ ਕਿਆ ਲਾਗੇ ਮੇਰਾ ਮੇਰਾ ਮੁਝ ਮੇ ਕਿਛ ਨਹੀਂ 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 ਸਾਜਨ ਤੂੰ ਪ੍ਰੀਤਮ ਮੇਰਾ ਚਿੱਤੇ ਨਾ ਵਿਸਰੇ ਕਾਹੂ ਬੇਰਾ ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਕਿਛ ਨਹੀਂ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਮੇਰਾ ਮੁਝ ਮੇ ਕਿਛ ਨਹੀਂ ਮੇਰਾ ਮੁਝ ਮੇ ਕਿਛ ਨਹੀਂ ਮੇਰਾ ਮੁਝ ਮੇ ਕਿਛ ਨਹੀਂ
सब रास तुम्हारी, तेरा जोर गोपाला दियो, तेरा तुझको सौंपते क्या लागे मेरा, क्या लागे मेरा, तेरा तुझको सौंपते क्या लागे मेरा, क्या लागे मेरा, क्या लागे किछ नहीं, मेरा मुझ में किछ नहीं, जो किछ है सो तेरा, जो किछ है सो तेरा, मेरा मुझ में किछ नहीं, मेरा मुझ में किछ नहीं, तेरा धन भी तेरा, तू ठाकुर स्वामी प्रभु मेरा, जियो पिंड सब रास तुम्हारी, तेरा जोर गोपाला जियो, तेरा तुझको सौंपते क्या लागे मेरा, क्या लागे मेरा, तेरा तुझको सौंपते क्या लागे मेरा, क्या लागे मेरा, क्या लागे मेरा, मुझ में किछ नहीं, मेरा मुझ में किछ नहीं, जो किछ है सो तेरा, जो किछ है सो तेरा, मेरा मुझ में किछ नहीं, मेरा मुझ में किछ नहीं, मेरा मुझ में किछ नहीं, जो किछ है सो तेरा, कदों झोलियां भरदियां ने जदों एडी निम्रता ते एडा प्यार आ जावे, महाराजा रणजीत सिंह किन्ना सत्कार गुरु दा करदे ने, अपने घर दे विच सब तो उच्चा स्थान गुरु ग्रंथ साहिब जी महाराज दा, जदों भी अपने महलां विच आंदे ते सब तो पहलां गुरु ग्रंथ साहिब जी महाराज जी दे दर्शन करदे ते फिर अपने बच्चियां नूं मिलदे सन,
ਕਿਤੇ ਵੀ ਕਾਰ ਵਿਹਾਰ ਤੇ ਜਾਣਾ ਤੇ ਪਹਿਲਾਂ ਸਤਿਗੁਰਾਂ ਕੋਲੋਂ ਆਗਿਆ ਲੈਂਦੇ ਸਨ। ਆ ਇੱਕ ਦਿਨ ਰਣਜੀਤ ਸਿੰਘ ਜੀ ਬਹੁਤ ਭਾਰੀ ਜੰਗ ਲੜਨ ਵਾਸਤੇ ਜਾ ਰਹੇ ਨੇ ਤੇ ਜਾਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਗਲ ਵਿੱਚ ਪਾ ਕੇ ਪੱਲੂ ਅਰਦਾਸ ਕਰ ਰਹੇ ਨੇ, ਸਤਿਗੁਰੂ ਮੇਰੇ ਵਿੱਚ ਕੋਈ ਸਿਆਣਪ ਨਹੀਂ, ਮੇਰੇ ਵਿੱਚ ਕੋਈ ਬਲ ਨਹੀਂ, ਤੁਸਾਂ ਬਖਸ਼ਿਸ਼ ਕਰਨੀ ਹੈ ਮੇਰੀ ਜਿੱਤ ਹੋ ਜਾਵੇ। ਤੇ ਇਤਿਹਾਸ ਵਿੱਚੋਂ ਕੀ ਸੋਝੀ ਮਿਲਦੀ ਹੈ, ਲੱਖਾਂ ਦੀ ਫੌਜ ਤੇ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ। ਅੱਜ ਇਸ ਮੈਦਾਨੀ ਜੰਗ ਵਿੱਚ ਰਣਜੀਤ ਸਿੰਘ ਦੀ ਜਿੱਤ ਹੋਈ, ਕੋਈ ਵੀ ਵੈਰੀ ਅੱਗੇ ਨਾ ਖਲੋਇਆ। ਵੱਡੇ ਵੱਡੇ ਰਾਜੇ ਮਹਾਰਾਜੇ ਰਣਜੀਤ ਸਿੰਘ ਦੀ ਬੜੀ ਸ਼ੋਭਾ ਕਰ ਰਹੇ ਨੇ, ਰਣਜੀਤ ਸਿੰਘਾ ਤੂੰ ਤੇ ਕਮਾਲ ਕਰ ਦਿੱਤੀ, ਏਡੀ ਤੇਰੇ ਵਿੱਚ ਸਿਆਣ, ਕਿੱਡੀ ਵੱਡੀ ਜੰਗ ਜਿੱਤ ਲਈ ਹੈ। ਆ ਜਦੋਂ ਹਰ ਇੱਕ ਨੇ ਸ਼ੋਭਾ ਕੀਤੀ ਤੇ ਰਣਜੀਤ ਸਿੰਘ ਦੇ ਮਨ ਵਿੱਚ ਵੀ ਮੈਲ ਆ ਗਈ ਵੀ ਸੱਚਮੁੱਚ ਹੀ ਮੈਂ ਬੜਾ ਵੱਡਾ ਯੋਧਾ, ਮੈਂ ਕਿੱਡਾ ਵੱਡਾ ਕੰਮ ਕੀਤਾ ਹੈ, ਕੋਈ ਵੀ ਮੇਰੇ ਅੱਗੇ ਨਾ ਖਲੋਇਆ। ਆ ਜਦੋਂ ਘਰ ਆਇਆ ਨਾ ਤੇ ਨਿਤ ਕਰਮ ਅਨੁਸਾਰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ, ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ ਹੈ। ਆ ਦੇਖੋ ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ ਦਿੱਤਾ ਜਾਵੇ, ਮੈਂ ਦਿੱਤਾ। ਆ ਮਨ ਵਿੱਚ ਮੈਲ ਹੀ ਆਈ ਹੈ ਤੇ ਰਣਜੀਤ ਸਿੰਘ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਹੱਥ ਦੇ ਨਾਲ ਆਪਣੀ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਹੇ ਹੈ, ਮਨਾ ਕਿਉਂ ਤੇਰੇ ਮਨ ਵਿੱਚ ਮੈਲ ਆਈ। ਜਿੱਤ ਕਰਾਉਣ ਵਾਲਾ ਗੁਰੂ ਤੇ ਤੂੰ ਵਡਿਆਈਆਂ ਲਈ ਜਾਂਦਾ ਹੈ। ਪੜੋ ਇਤਿਹਾਸ ਕੀ ਆਖ ਰਹੇ ਨੇ, ਜ਼ੋਰ ਜ਼ੋਰ ਦੇਣੀ ਚੰਡਾ ਆਪਣੇ ਮੂੰਹ ਤੇ ਮਾਰ ਰਹੇ ਨੇ ਉਹ ਕਾਣਿਆ, ਵਡਿਆਈਆਂ ਦੇਣ ਵਾਲਾ ਗੁਰੂ ਤੇ ਵੱਡਾ ਤੂੰ ਬਣੀ ਜਾਂਦਾ ਹੈ। ਹਰੀ ਸਿੰਘ ਨਲੂਆ ਬਾਹਰ ਸੁਣ ਰਿਹਾ ਹੈ, ਸਤਿਗੁਰਾਂ ਦੇ ਕਮਰੇ ਵਿੱਚ ਰਣਜੀਤ ਸਿੰਘ ਨੂੰ ਕੌਣ ਬੋਲ ਕਬੋਲ ਬੋਲਦਾ ਹੈ। ਆ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਰਣਜੀਤ ਸਿੰਘ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ, ਇੱਕ ਹੱਥ ਨਾਲ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਿਹਾ ਹੈ, ਕਿਉਂ ਤੇਰੇ ਮਨ ਵਿੱਚ ਮੈਲ ਆਈ ਹੈ, ਕਿਉਂ ਮੈਂ ਮੇਰੀ ਆਈ ਹੈ, ਸਭ ਕੁਝ ਕਰਨ ਵਾਲਾ ਗੁਰੂ ਹੈ। ਤੇ ਨਲੂਏ ਨੇ ਜਾ ਕੇ ਹੱਥ ਪਕੜ ਲਏ, ਰਣਜੀਤ ਸਿੰਘਾ ਤੇਰੇ ਅੱਖਾਂ ਦੇ ਹੰਝੂ ਦੱਸ ਰਹੇ ਨੇ ਤੂੰ ਆਪਣੇ ਔਗਣਾਂ ਤੇ ਪਛਤਾ ਰਿਹਾ,
ਗੁਰੂ ਬੜਾ ਹੀ ਦਿਆਲੂ ਹੈ, ਉੱਠ ਖੜ, ਗੁਰੂ ਨੇ ਤੈਨੂੰ ਬਖਸ਼ ਦਿੱਤਾ। ਸੋ ਸਤਸੰਗਿਓ, ਕਦੇ ਵੀ ਮੈਂ ਮੇਰੀ ਨਾ ਆਵੇ, ਐ ਸਤਿਗੁਰੂ ਜੋ ਕਿਛ ਹੈ ਸੋ ਤੇਰਾ। ਮੇਰਾ ਮੁਝ ਮੇ ਕਿਛ ਨਹੀਂ, ਮੇਰਾ ਮੁਝ ਮੇ ਕਿਛ ਨਹੀਂ, ਮੇਰਾ ਮੁਝ ਮੇ ਕਿਛ ਨਹੀਂ, ਮੇਰਾ ਮੁਝ ਮੇ ਕਿਛ ਨਹੀਂ। ਮੇਰਾ ਮੁਝ ਮੇ ਕਿਛ ਨਹੀਂ। ਆ ਇੱਕ ਸੇਠ, ਧਨ ਦੌਲਤ ਬੜਾ ਕੋਲ ਹੈ ਪਰ ਕੋਈ ਔਲਾਦ ਨਹੀਂ। ਹਰ ਰੋਜ ਸਤਿਗੁਰਾਂ ਦੇ ਅੱਗੇ ਤਰਲੇ ਕਰਦਾ ਹੈ, ਸਤਿਗੁਰੂ ਤੂੰ ਸਭ ਦੀ ਝੋਲੀ ਭਰਦਾ ਹੈ, ਮੇਰੀ ਵੀ ਝੋਲੀ ਭਰ। ਸਤਸੰਗਿਓ, ਜੰਗ ਮੰਗਿਆਣੀ ਦੀ ਗੱਲ ਹੈ, ਪਾਕਿਸਤਾਨ ਦੀ ਇਹ ਸਾਖੀ। ਸਤਿਗੁਰਾਂ ਨੇ ਭਾਗ ਲਾਏ, ਇਹਦੇ ਘਰ ਪੁੱਤਰ ਹੋਇਆ। ਆਪਾਂ ਸੰਸਾਰ ਵਿੱਚ ਤੱਕਿਆ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਜਦੋਂ ਦਾਤਾਂ ਮਿਲ ਜਾਣ ਤੇ ਦੇਣ ਵਾਲੇ ਨੂੰ ਭੁੱਲ ਜਾਂਦਾ ਹੈ। ਮੰਗਦਾ ਗੁਰਦੁਆਰਿਓਂ ਹੈ ਤੇ ਖੁਸ਼ੀਆਂ ਠੇਕਿਆਂ ਤੇ ਕਲੱਬਾਂ ਵਿੱਚ ਜਾ ਕੇ ਮਨਾਉਂਦਾ ਹੈ। ਆ ਪੁੱਤਰ ਹੋਇਆ ਨਾ, ਗੁਰੂ ਨੂੰ ਭੁੱਲ ਗਿਆ। ਸ਼ਰਾਬਾਂ ਦੀਆਂ ਪੇਟੀਆਂ ਖੁੱਲ ਗਈਆਂ ਤੇ ਆਪਣੇ ਮਿੱਤਰਾਂ ਨੂੰ ਸ਼ਰਾਬਾਂ ਤੇ ਕਬਾਬਾਂ ਦੇ ਨਾਲ ਖੁਸ਼ ਕਰ ਰਿਹਾ ਹੈ। ਸਮਾਂ ਬੀਤਦਾ ਗਿਆ, ਪੁੱਤਰ ਵੱਡਾ ਹੋ ਗਿਆ। ਬੜੇ ਚਾਵਾਂ ਤੇ ਮਲਾਰਾਂ ਦੇ ਨਾਲ ਪੁੱਤਰ ਦਾ ਵਿਆਹ ਕੀਤਾ ਹੈ। ਤੇ ਸਤਸੰਗਿਓ, ਹੁਣ ਕੀ ਹੋਇਆ, ਇਸ ਪੁੱਤਰ ਨੇ ਇੱਕ ਦਿਨ ਆਪਣੇ ਬਾਪ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਤੂੰ ਮੇਰਾ ਪਿਓ ਨਹੀਂ, ਤੂੰ ਮੇਰਾ ਦੁਸ਼ਮਣ ਹੈ। ਨੂੰਹ ਵੀ ਕਿੱਡੇ ਬੋਲ ਕਬੋਲ ਬੋਲਦੀ ਹੈ, ਐਡੀਆਂ ਐਡੀਆਂ ਉੱਚੀਆਂ ਕੋਠੀਆਂ ਤੇ ਵੱਡੀਆਂ ਵੱਡੀਆਂ ਕਾਰਾਂ ਖਲੋਤੀਆਂ ਨੇ, ਤੇ ਇਹ ਸੇਠ ਗੇਟਾਂ ਦੇ ਬਾਹਰ ਬੈਠਾ ਪ੍ਰਸ਼ਾਦੇ ਤੋਂ ਵੀ ਮੁਹਤਾਜ ਹੈ। ਆਜ ਪੁੱਤਰ, ਜਿਹਨੂੰ ਐਡੀਆਂ ਮੰਨਤਾਂ ਨਾਲ ਮੰਨਿਆ ਸੀ, ਇੱਕ ਪ੍ਰਸ਼ਾਦਾ ਵੀ ਦੇਣ ਨੂੰ ਤਿਆਰ ਨਹੀਂ। ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਅੱਜ ਇਸ ਨਗਰੀ ਵਿੱਚ ਆਏ। ਬਾਬਾ ਜੀ ਦੀ ਸੋਭਾ ਸੁਣੀ ਤੇ ਦੀਵਾਨ ਲੱਗਾ ਹੋਇਆ ਹੈ, ਸਮਾਪਤੀ ਹੋਈ ਤੇ ਜਾ ਕੇ ਬਾਬਾ ਜੀ ਦੇ ਚਰਨ ਪਕੜ ਲਏ। ਬਾਬਾ ਜੀ, ਮੇਰੇ ਕੋਲੋਂ ਕਿਹੜੀਆਂ ਭੁੱਲਾਂ ਹੋਈਆਂ ਨੇ, ਜਿਹੜੇ ਪੁੱਤਰ ਨੂੰ ਐਡੀਆਂ ਮੰਨਤਾਂ ਮੰਨ ਕੇ ਲਿਆ ਸੀ, ਉਹਨੇ ਧੱਕੇ ਮਾਰ ਕੇ ਕੱਢ ਦਿੱਤਾ ਹੈ। ਨੌ ਬੋਲ ਕਬੋਲ ਬੋਲਦੀ ਹੈ। ਆ ਜਦੋਂ ਆਪਣੀ ਮਾਂ ਨੂੰ ਬੱਚੇ ਮਾੜੇ ਬੋਲ ਬੋਲਦੇ ਨੇ ਤੇ ਮੇਰੇ ਤੋਂ ਸੁਣਿਆ ਨਹੀਂ ਜਾਂਦਾ, ਕਿਹੜਾ ਗੁਨਾਹ ਕੀਤਾ ਹੈ, ਕਿਹੜੇ ਜਨਮ ਦੀ ਸਜ਼ਾ ਭੁਗਤ ਰਿਹਾ ਹਾਂ। ਬਾਬਾ ਜੀ ਆਖਣ ਲੱਗੇ, ਹੋਏ ਸੇਠ, ਐਸੇ ਹੀ ਜਨਮ ਦੀ ਭੁਗਤਦਾ ਪਿਆ। ਇੱਕ ਗੱਲ ਦੱਸ,
ਪੁੱਤਰ ਮੰਗਿਆ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਤੇ ਖੁਸ਼ੀਆਂ ਕਿਹਦੇ ਨਾਲ ਮਨਾਈਆਂ ਸੀ? ਆਪਣੀ ਖੁਸ਼ੀ ਵਿੱਚ ਗੁਰੂ ਨਾਨਕ ਨੂੰ ਬੁਲਾਇਆ ਸੀ? ਸ਼ਰਾਬਾਂ ਤੇ ਕਬਾਬਾਂ ਦੇ ਨਾਲ ਤੂੰ ਦੋਸਤਾਂ ਨੂੰ ਮਿੱਤਰਾਂ ਨੂੰ ਖੁਸ਼ ਕਰ ਸਕਦਾ ਹੈ, ਗੁਰੂ ਨਾਨਕ ਨੂੰ ਖੁਸ਼ ਨਹੀਂ ਕਰ ਸਕਦਾ। ਜਿੰਨਾ ਚਿਰ ਗੁਰੂ ਨਾਨਕ ਨੂੰ ਖੁਸ਼ ਨਹੀਂ ਕਰੇਗਾ, ਉਹਨਾਂ ਚਿਰ ਤੇਰੀਆਂ ਖੁਸ਼ੀਆਂ ਕੱਚੀਆਂ ਹੀ ਰਹਿ ਜਾਣਗੀਆਂ, ਤੇਰੀਆਂ ਖੁਸ਼ੀਆਂ ਪੱਕੀਆਂ ਨਹੀਂ ਹੁੰਦੀਆਂ। ਤੂੰ ਗੁਰੂ ਨਾਨਕ ਨੂੰ ਭੁਲਾ ਦਿੱਤਾ, ਬਾਬਾ ਜੀ ਦੇ ਚਰਨ ਪਕੜ ਕੇ ਹੰਝੂ ਕੇਰੇ, ਬਾਬਾ ਜੀ ਸੱਚ ਹੀ ਮੈਂ ਬੜੇ ਗੁਨਾਹ ਕੀਤੇ ਨੇ, ਦੇਣ ਵਾਲੇ ਨੂੰ ਭੁਲਾ ਦਿੱਤਾ। ਤੇ ਬਾਬਾ ਜੀ ਕਹਿੰਦੇ, ਸੋ ਕਿਉਂ ਵਿਸਰੇ ਜਿਨ ਸਭ ਕਿਛ ਦੀਆ। ਦੋਸਤ ਮਿੱਤਰ ਰਿਸ਼ਤੇਦਾਰ ਤੈਨੂੰ ਖੁਸ਼ੀ ਵੇਲੇ ਸਾਰੇ ਯਾਦ ਰਹਿ ਗਏ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੈਨੂੰ ਭੁੱਲੇ ਗਏ। ਕਦੀ ਗੁਰਦੁਆਰੇ ਚੱਕਰ ਮਾਰਿਆ ਹੈ, ਕਦੀ ਸੰਗਤ ਵਿੱਚ ਗਿਆ ਹੈ, ਦੁੱਖ ਵੇਲੇ ਕਿੱਡੇ ਗੇੜੇ ਮਾਰਦਾ ਸੀ। ਹੰਝੂ ਕੇਰੇ, ਬਾਬਾ ਜੀ ਮੈਨੂੰ ਬਖਸ਼ ਦੇਵੋ। ਤੇ ਬਾਬਾ ਜੀ ਨੇ ਸਾਰੀ ਸੰਗਤ ਨੂੰ ਬਿਨੈ ਕੀਤੀ ਵੀ ਸਾਰੇ ਰਲ ਕੇ ਅਰਦਾਸ ਕਰੋ, ਇਸ ਸੇਠ ਦੀ ਝੋਲੀ ਸੁੱਖ ਪੈ ਜਾਣ। ਤੇ ਸੰਗਤ ਅਰਦਾਸ ਕਰ ਦੇਵੇ, ਕਿਉਂ ਨਾ ਖੁਸ਼ੀਆਂ ਆ ਜਾਣ। ਸੇਵਕਾਂ ਨੂੰ ਭੇਜ ਕੇ ਇਸ ਦੇ ਪੁੱਤਰ ਤੇ ਨੂੰਹ ਨੂੰ ਵੀ ਬੁਲਾਇਆ। ਬਾਬਾ ਜੀ ਨੇ ਕਿੰਨਾ ਚਿਰ ਇਹਨਾਂ ਨੂੰ ਸਿੱਖਿਆ ਦਿੱਤੀ। ਆਖਣ ਲੱਗੇ, ਬੱਚਿਓ, ਮਾਂ ਤੇ ਪਿਓ ਰੱਬ ਰੂਪ ਹੁੰਦੇ ਨੇ। ਜਿਹੜੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਉਹਨਾਂ ਨਾਲ ਰੱਬ ਰੁੱਸ ਜਾਂਦਾ ਹੈ। ਤੂੰ ਅੱਜ ਆਪਣੇ ਬਾਪੂ ਨੂੰ ਧੱਕੇ ਮਾਰਦਾ ਹੈ, ਤੇ ਕੱਲ ਨੂੰ ਤੇਰੇ ਪੁੱਤਰ ਤੈਨੂੰ ਧੱਕੇ ਮਾਰਨਗੇ। ਇੰਜ ਚੰਗਾ ਨਹੀਂ, ਬਾਪ ਦੀ ਸੇਵਾ ਕਰਿਆ ਕਰ। ਬਾਬਾ ਜੀ ਬਚਨ ਕਰ ਦੇਣ ਤੇ ਕੌਣ ਮੋੜ ਸਕਦਾ ਹੈ? ਆ ਸਤਸੰਗੀਓ, ਭਰੀ ਸੰਗਤ ਦੇ ਵਿੱਚ ਆਪਣੇ ਬਾਪੂ ਦੇ ਚਰਨ ਪਕੜ ਲਏ। ਨਹੀਂ ਬਈ, ਦੇਣ ਵਾਲੇ ਨੂੰ ਕਦੇ ਨਹੀਂ ਭੁਲਾਣਾ। ਸਭ ਕੁਛ ਉਸਦਾ ਦਿੱਤਾ ਹੋਇਆ ਹੈ, ਸਾਰੀਆਂ ਰਹਿਮਤਾਂ ਉਸ ਦੀਆਂ ਦਿੱਤੀਆਂ ਹੋਈਆਂ ਨੇ, ਤੇ ਸਾਡਾ ਕਿੱਡਾ ਚੰਦਰਾ ਸਵਾ ਹੈ। ਆਪਾਂ ਜਾਂਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ, ਤੇ ਨਮਸਕਾਰ ਕਰਨ ਵਾਸਤੇ ਜਦੋਂ ਆਪਣਾ ਪਰਸ ਕੱਢਦੇ ਹਾਂ, ਸਭ ਤੋਂ ਪਹਿਲਾਂ ਤੱਕਦੇ ਹਾਂ ਬਈ ਫਟਿਆ ਨੋਟ ਕਿਹੜਾ ਹੈ, ਜੇ ਫਟਿਆ ਨਹੀਂ ਤੇ ਸਭ ਤੋਂ ਛੋਟਾ ਨੋਟ ਕਿਹੜਾ ਹੈ। ਬੇਸ਼ੱਕ ਗੁਰੂ ਸਾਡੇ ਪੈਸੇ ਦਾ ਭੁੱਖਾ ਨਹੀਂ, ਪਰ ਗੁਰਮੁਖਾ ਉਹ ਪਿਆਰ ਦਾ ਭੁੱਖਾ ਹੈ। ਤੇਰਾ ਕਿਹੋ ਜਿਹਾ ਪਿਆਰ ਹੈ ਗੁਰੂ ਲਈ ਛੋਟੇ ਤੇ ਫਟੇ ਨੋਟ ਡੋਲਦਾ ਹੈ? ਨਹੀਂ ਬਈ, ਸਾਰਾ ਕੁਝ ਉਸਦਾ ਦਿੱਤਾ ਹੋਇਆ ਹੈ। ਕਦੋਂ ਖੁਸ਼ੀਆਂ ਆਉਣੀਆਂ ਨੇ? ਜਦੋਂ ਸੱਚਮੁੱਚ ਹੀ ਅੰਦਰੋਂ ਆਖੇਗਾ ਸਤਿਗੁਰੂ, ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮੇਰਾ ਮੁਜਮੇ ਕਿਛ ਨਹੀਂ, ਮੇਰਾ ਮੁਜਮੇ ਕਿਛ ਨਹੀਂ, ਕਿਛ ਨਹੀਂ ਮੇਰਾ ਮੁਝ।
में किछ नहीं। जो किछ है सो तेरा, सारा कुछ तेरा है, मेरा कुछ नहीं। आपा तकिया है साडा क्यों जै सुभा है, घर विच गुरु ग्रंथ साहिब महाराज जी का प्रकाश भी है, ते उसे घर दे विच शराबां ते कबाबां भी है। नहीं बई तू गुरु की नरादरी करदा है, सारा कुछ देण वाला ते ओ है। अपने कमरे वड्डे वड्डे, अपने कमरे विच सोहने गलीचे ते वड्डे कमरे ते गुरु ग्रंथ साहिब जी का प्रकाश पौड़ियां थले छोटे छोटे कमरे विच कर देता है। बाबा ईसर सिंह जी नानक सर वाले बख्शिश करदे सन, ये सचमुच गुरु नानक है, कोई मेरिया अखा नाल तक लवे, साडिया नजरां विच फर्क है। जे ये कुछ करदे हां प्रगट गुरां की देह करके नहीं मनदे। ओए गुरसिखा, खुशियां ते तेरे मगर मगर फिरनगियां, तू किते गुरु नू प्रगट गुरां की देह मन के ते देख, इसका सत्कार करके ते देख। तेरे घर दे अगे गुरु ग्रंथ साहिब जी की सवारी लंघनी है, ते बाबा जी कहिंदे सन सारी गली विच झाड़ू ला दे, लोकां नू पता लग जावे कि अज इस दे मालक ने लंघना है, अज इस दे गुरु ने लंघना है। एवें उपरों उपरों आखी जांदा है वी सारा कुछ तेरा है। आ संसार विच तको घरां विच कोई समागम है ना, ते जदों बाजार कपड़े लैण जांदे हां अपने वास्ते हजारां रुपईयां दे कोट पेंट, ते गुरु वास्ते ये दुकानदार नूं की आखदा है वी कोई 51 रुपईयां दा रुमाला गुरु वास्ते दे दे। ओए गुरसिखा, की तेरी भावना नूं होया है, जिने तेनूं सारा कुछ दिता उहदे बदले जदों तू रुमाला वस्त्र खरीदने ने उदों क्यों जेब कुटदा है, उदों क्यों सरफे ते उतर आया है। नहीं बे, दिलों आख मनों आख सतगुरु सारा कुछ तेरा है, मेरा इस विच कुछ भी नहीं है। मेरा मुझ में किछ नहीं, मेरा मुझ में किछ नहीं। मेरा मुझ में किछ नहीं, मेरा मुझ में किछ नहीं। तेरा तुझको सौंपते क्या लागे मेरा, क्या
ਮੇਰਾ ਮੁਝ ਮੇ ਕਿਛ ਨਹੀਂ, ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੇ ਕਿਛ ਨਹੀਂ, ਮੇਰਾ ਮੁਝ ਮੇ ਕਿਛ ਨਹੀਂ, ਕਿਛ ਨਹੀਂ, ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੇ ਕਿਛ ਨਹੀਂ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਤੇਰਾ
जय गुरु जी की। अब हम मंत्र जाप करेंगे। Oh.
शिव जी सदा जय गुरु जी की। त्रिभुवन